ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਅਜਨਾਲਾ ਜ਼ਿਲ੍ਹਾ ਸੇਵਾ ਅਥਾਰਟੀ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਘਰ ਘਰ ਪਹੁੰਚਾਉਣ ਵਾਸਤੇ 10-10 ਪਿੰਡਾਂ ਦੇ ਵਿੱਚ ਬਣਾਇਆ ਜਾਏਗਾ ਇੱਕ ਹੈਲਪ ਡੈਸਕ, ਜਿਸ ਦੀ ਦੇਖਰੇਖ ਕਰਨਗੇ ਪਿੰਡ ਦੇ ਸਰਪੰਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਜ਼ਿਲ੍ਹਾ ਅੰਮ੍ਰਿਤਸਰ ਦੇ 10 ਪਿੰਡਾਂ ਦਾ ਇੱਕ ਜ਼ੋਨ ਬਣਾ ਕੇ ਉਸ ਦੇ ਹੈਲਪ ਡੈਸਕ ਬਣਾਏ ਜਾਣਗੇ। ਇਸ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਅਜਨਾਲਾ ਦੇ ਇੱਕ ਨਿੱਜੀ ਮੈਰਿਜ ਪੈਲੇਸ ਦੇ ਵਿੱਚ ਮਾਣਯੋਗ ਜੱਜ ਕਰਮਜੀਤ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਰੇ ਹੀ ਪਿੰਡਾਂ ਦੇ ਸਰਪੰਚ ਅਤੇ ਆਮ ਜਨਤਾ ਦੇ ਲਈ ਰੱਖੇ ਗਏ ਪ੍ਰੋਗਰਾਮ ਦੇ ਵਿੱਚ ਪਹੁੰਚੇ CGM ਅਤੇ ਕਾਨੂੰਨ ਸੇਵਾ ਅਥਾਰਟੀ ਦੇ ਸਚਿਵ ਸੁਮਿਤ ਮੱਕੜ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਆਮ ਜਨਤਾ ਇਨਸਾਫ਼ ਤੱਕ ਨਹੀਂ ਪਹੁੰਚ ਪਾ ਰਹੀ, ਜੋ ਕਿ ਲੋਕਾਂ ਦਾ ਇੱਕ ਬੁਨਿਆਦੀ ਹੱਕ ਹੈ। ਇਸ ਲਈ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਸਮਝਾਵੇਗੀ ਅਤੇ ਇਸ ਦੇ ਲਈ ਜ਼ਿਲ੍ਹੇ ਦੇ ਹਰ 10 ਪਿੰਡਾਂ ਦਾ ਇੱਕ ਜ਼ੋਨ ਬਣਾਇਆ ਜਾਵੇਗਾ ਅਤੇ ਪਿੰਡ ਦੀ ਹੀ ਪੰਚਾਇਤ ਦੇ ਵਿੱਚ ਇੱਕ ਹੈਲਪ ਡੈਸਕ ਵੀ ਬਣਾਇਆ ਜਾਵੇਗਾ, ਜਿਸ ਦੀ ਦੇਖਰੇਖ ਪਿੰਡ ਦੇ ਸਰਪੰਚ ਵੱਲੋਂ ਕੀਤੀ ਜਾਵੇਗੀ, ਤਾਂ ਜੋ ਹਰ ਆਮ ਨਾਗਰਿਕ ਜ਼ਿਲ੍ਹਾ ਸੇਵਾ ਅਥਾਰਟੀ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਤੋਂ ਵਾਕਿਫ ਹੋ ਸਕੇ। ਉਨ੍ਹਾਂ ਦੱਸਿਆ ਕਿ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਲੋਕ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਦਾ ਫਾਇਦਾ ਨਹੀਂ ਚੁੱਕ ਪਾ ਰਹੇ, ਇਸ ਨੂੰ ਵੇਖਦਿਆਂ ਹੋਇਆਂ ਇਹ ਮਜ਼ਬੂਤ ਕਦਮ ਚੁੱਕੇ ਗਏ ਨੇ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੰਮ 15 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਦੇਖੋ, ਮੈਂ ਪਹਿਲਾਂ ਵੀ ਇਹੋ ਹੀ ਅੰਦਰ ਬੇਨਤੀ ਕਰਕੇ ਹਟਿਆ ਕਿ ਅਨਪੜ੍ਹਤਾ ਕਹਿ ਲਈਏ, ਕਾਨੂੰਨ ਦੀ ਪੇਚੀਦਗੀ ਕਹਿ ਲਈਏ, ਜਾਣਕਾਰੀ ਦੀ ਕਮੀ ਕਹਿ ਲਈਏ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਮ ਇਨਸਾਨ ਦੀ ਕਾਨੂੰਨ ਤੱਕ, ਇਨਸਾਫ ਤੱਕ ਪਹੁੰਚ ਨਹੀਂ ਹੋ ਪਾ ਰਹੀ, ਜਿਹੜਾ ਕਿ ਇੱਕ ਬੁਨਿਆਦੀ ਹੱਕ ਹੈ ਸਾਡੇ ਨਾਗਰਿਕਾਂ ਦਾ। ਤਾਂ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਡਿਜ਼ਰਵਿੰਗ ਲੋਕਾਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੇਣ ਲਈ ਅਸੀਂ ਵਚਨਬੱਧ ਹਾਂ, ਪਰ ਉਹਦੇ ਬਾਵਜੂਦ ਵੀ, ਇਹ ਅਦਾਰੇ ਦੇ ਹੋਣ ਦੇ ਬਾਵਜੂਦ ਵੀ, ਇਹਦੀ ਹੋਂਦ ਦੇ ਬਾਵਜੂਦ ਵੀ ਲੋਕ ਇਹਦਾ ਫਾਇਦਾ ਨਹੀਂ ਉਠਾ ਪਾ ਰਹੇ ਸੀ। ਤਾਂ ਹੁਣ ਇਹ ਭਾਰਤ ਸਰਕਾਰ ਨੇ ਅੱਗੇ ਇੱਕ ਉਪਰਾਲਾ ਕੀਤਾ ਹੈ ਕਿ ਜੇ ਲੋਕਾਂ ਨੂੰ ਇਸ ਅਦਾਰੇ ਦੀ ਹੋਂਦ ਬਾਰੇ ਨਹੀਂ ਪਤਾ ਲੱਗ ਰਿਹਾ ਤਾਂ ਅਸੀਂ ਲੋਕਾਂ ਦੇ ਡੋਰ ਸਟੈਪ ਤੱਕ ਜਾ ਕੇ ਉਹਨਾਂ ਨੂੰ ਇਸ ਅਦਾਰੇ ਬਾਰੇ ਦੱਸੀਏ, ਇਸ ਅਦਾਰੇ ਵੱਲੋਂ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸੀਏ। ਤਾਂ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਦਾਰ ਕਰਮਜੀਤ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੈਂ ਅੱਜ ਇੱਥੇ BDPO ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਪਿੰਡਾਂ ਦੇ ਸਰਪੰਚਾਂ ਨੂੰ ਮਿਲਣਾ ਚਾਹੁੰਦਾ। ਤਾਂ ਇਸ ਮੁਤਲਕ ਅੱਜ ਇੱਕ ਸੈਮੀਨਾਰ ਕਰਵਾਇਆ ਗਿਆ ਸੀ, ਅੱਜ ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਮਿਲੇ ਹਾਂ, ਉਹਨਾਂ ਤੱਕ ਪਹੁੰਚ ਕੀਤੀ ਹੈ। ਇਹਨਾਂ ਸਰਪੰਚਾਂ ਦੇ ਥਰੂ ਹੁਣ ਅਸੀਂ ਆਮ ਲੋਕਾਂ ਤੱਕ, ਪਿੰਡਾਂ ਦੇ ਵਸਨੀਕਾਂ ਤੱਕ ਪਹੁੰਚਾਂਗੇ ਔਰ ਉਹਨਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਦੱਸਾਂਗੇ, ਫਰਜ਼ਾਂ ਬਾਰੇ ਦੱਸਾਂਗੇ ਅਤੇ ਇਸ ਅਦਾਰੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਾਂਗੇ। ਨਹੀਂ, ਅੱਜ ਕੇਸਾਂ ਦਾ ਨਿਪਟਾਰਾ ਨਹੀਂ ਕੀਤਾ ਸੀ ਜੀ, ਅੱਜ ਆਊਟਰੀਚ ਪ੍ਰੋਗਰਾਮ ਦੇ ਥੱਲੇ ਅੱਜ ਸਿਰਫ ਲੋਕਾਂ ਨੂੰ ਜਾਂ ਸਰਪੰਚ ਸਾਹਿਬਾਨ ਨੂੰ ਇਸ ਅਦਾਰੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਔਰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ। ਆਉਣ ਵਾਲੇ ਟਾਈਮ ਦੇ ਵਿੱਚ, ਹਾਂਜੀ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ 10 ਪਿੰਡਾਂ ਨੂੰ ਲੈ ਕੇ ਇੱਕ ਜ਼ੋਨ ਬਣਾ ਦਿਆਂਗੇ, ਅੰਮ੍ਰਿਤਸਰ
ਜ਼ਿਲ੍ਹੇ ਦੇ ਜਿੰਨੇ ਪਿੰਡ ਨੇ ਉਹਨਾਂ ਨੂੰ 10-10 ਪਿੰਡਾਂ ਦੇ ਇੱਕ ਜ਼ੋਨ ਦੇ ਵਿੱਚ ਵੰਡ ਦਿਆਂਗੇ ਔਰ ਉਸ ਜ਼ੋਨ ਦੇ ਵਿੱਚ ਅਸੀਂ ਇੱਕ ਹੈਲਪ ਡੈਸਕ ਲਗਾਇਆ ਕਰਾਂਗੇ। ਉਸ ਹੈਲਪ ਡੈਸਕ ਦੀ ਕੋਆਰਡੀਨੇਸ਼ਨ ਸਰਪੰਚ ਸਾਹਿਬ ਨਾਲ ਹੋਇਆ ਕਰੇਗੀ ਔਰ ਸਰਪੰਚ ਸਾਹਿਬ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਜਾਂ ਕਹਿ ਲਓ ਕਿ ਮੈਂ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਮੈਂ ਲੋਕਾਂ ਤੱਕ ਪਹੁੰਚ ਕਰ ਪਾਵਾਂ ਉਦੋਂ ਤੱਕ ਉਹ ਆਪਦੇ ਪਿੰਡ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਔਰ ਇਸ ਅਦਾਰੇ ਬਾਰੇ ਜ਼ਰੂਰ ਜਾਣਕਾਰੀ ਦੇਣ। ਹਾਂਜੀ, ਨਹੀਂ ਜੀ ਨਹੀਂ, ਹੈਲਪ ਡੈਸਕ ਜਿਹੜੇ ਹੈ ਉਹ ਪਿੰਡਾਂ ਦੇ ਪੰਚਾਇਤ ਘਰ ਦੇ ਵਿੱਚ ਲਵਾਂਗੇ, ਅਸੀਂ ਪਿੰਡ ਦੀ ਸਾਂਝੀ ਥਾਂ 'ਤੇ ਲਾਵਾਂਗੇ। ਦੇਖੋ, ਜੇ ਲੋਕ ਸਾਡੇ ਤੱਕ ਨਹੀਂ ਪਹੁੰਚ ਪਾ ਰਹੇ ਤਾਂ ਅਸੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਅਸੀਂ ਅਦਾਲਤ ਵਿੱਚ ਹੀ ਹੈਲਪ ਡੈਸਕ ਲਾਵਾਂਗੇ ਫਿਰ ਤਾਂ ਅਸੀਂ ਆਪਦੇ ਦਫ਼ਤਰ ਹੀ ਬੈਠੇ ਰਹਿ ਗਏ। ਇਹ ਅਸੀਂ 15 ਅਕਤੂਬਰ ਤੋਂ ਪਹਿਲਾਂ ਇਹ ਸਾਰੀ ਐਕਸਰਸਾਈਜ਼ ਕੰਪਲੀਟ ਕਰ ਦਿਆਂਗੇ। ਇਸ ਮੌਕੇ ਤੇ ਪਹੁੰਚੇ ਹੋਏ ਸਰਪੰਚਾਂ ਦਾ ਵੀ ਇਹੀ ਕਹਿਣਾ ਸੀ ਕਿ ਅਥਾਰਟੀ ਵੱਲੋਂ ਚੱਕੇ ਗਏ ਇਸ ਕਦਮ ਦਾ ਆਮ ਲੋਕਾਂ ਨੂੰ ਬਹੁਤ ਵਧੀਆ ਫਾਇਦਾ ਹੋਵੇਗਾ ਅਤੇ ਉਹ ਸਭ ਵੱਧ ਚੜ੍ਹ ਕੇ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਮਾਨਯੋਗ CJM ਸਾਹਿਬ ਵੱਲੋਂ ਜੋ ਅੱਜ ਪੰਜਾਬ ਕਾਨੂੰਨੀ ਸੇਵਾ ਅਥਾਰਟੀ ਦੇ ਸੰਬੰਧ ਵਿੱਚ ਜੋ ਜਾਣਕਾਰੀ ਦਿੱਤੀ ਆ ਪੰਚਾਇਤਾਂ ਨੂੰ ਉਹ ਸਾਨੂੰ ਬਹੁਤ ਪ੍ਰਭਾਵਸ਼ਾਲੀ ਲੱਗੀ ਆ। ਇਹਦਾ ਸਾਡੇ ਹੇਠਲੇ ਪੱਧਰ ਤੱਕ ਇਹਨਾਂ ਨੇ ਨਿਆਂ ਦੇਣ ਲਈ ਜੋ ਸਾਨੂੰ ਇੱਥੇ ਸੁਝਾਓ ਦਿੱਤੇ ਆ ਇਹਦੇ 'ਚੋਂ ਬਹੁਤ ਸਾਰੇ ਅਜਿਹੀਆਂ ਗੱਲਾਂ ਸੀ ਜਿਨ੍ਹਾਂ ਤੋਂ ਅਸੀਂ ਪਹਿਲਾਂ ਜਾਣੂ ਨਹੀਂ ਸੀਗੇ। ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਜਾਣਕਾਰੀ ਪ੍ਰਾਪਤ ਹੋਈ ਆ। ਇਹਦੇ ਨਾਲ ਅਸੀਂ ਵੀ ਪਿੰਡ ਪੱਧਰ 'ਤੇ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਜੋ ਇਹਨਾਂ ਅੱਜ ਦੱਸਿਆ ਉਹਨਾਂ ਨੂੰ ਹੇਠਲੇ ਪੱਧਰ 'ਤੇ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਸਰਕਾਰ ਵੱਲੋਂ ਚਲਾਇਆ ਗਿਆ ਅਦਾਲਤਾਂ ਦੇ ਥਰੂ ਬਹੁਤ ਵਧੀਆ ਉਪਰਾਲਾ ਆ। ਉਹਨਾਂ ਲੋਕਾਂ ਨੂੰ ਨਿਆਂ ਮਿਲੂਗਾ, ਉਹਨਾਂ ਲੋਕਾਂ ਨੂੰ ਇਨਸਾਫ਼ ਮਿਲੂਗਾ ਜਿਹੜੇ ਇਨਸਾਫ਼ ਲੈ ਨਹੀਂ ਸੀ ਸਕਦੇ ਜਾਂ ਜਿਨ੍ਹਾਂ ਦੀ ਇਨਸਾਫ਼ ਤੱਕ ਪਹੁੰਚ ਨਹੀਂ ਸੀ, ਇਹ ਉਹਨਾਂ ਨੂੰ ਇਨਸਾਫ਼ ਮਿਲੂਗਾ। ਇਹਦੀ ਮੈਂ ਬਹੁਤ ਸ਼ਲਾਘਾ ਕਰਦਾ ਦਿਲੋਂ। ਮੈਂ ਸਮੂਹ ਸਰਪੰਚਾਂ ਵੱਲੋਂ ਇਸ ਬਲਾਕ ਦੇ ਸਮੂਹ ਸਰਪੰਚਾਂ ਵੱਲੋਂ ਇਸ ਫੈਸਲੇ ਦੀ ਬਹੁਤ ਸ਼ਲਾਘਾ ਕਰਦਾ ਅਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਝਗੜਿਆਂ ਤੋਂ ਮੁਕਤ ਹੋਈਏ ਅਤੇ ਇਹਨਾਂ ਸੇਵਾਵਾਂ ਦਾ ਅਸੀਂ ਲਾਭ ਲਈਏ। ਇਹਨਾਂ ਦੀ ਸਾਡੇ ਵੱਲੋਂ ਪੁਰਜ਼ੋਰ ਕੋਸ਼ਿਸ਼ ਹੋਵੇਗੀ। ਧੰਨਵਾਦ। ਗੁਰਪਿਆਰੇ, ਪਿੰਡਾਂ ਦੇ ਵਿੱਚ ਅਕਸਰ ਵੇਖਿਆ ਜਾਂਦਾ ਹੈ ਬਹੁਤ ਸਾਰੇ ਅਜਿਹੇ ਕੇਸ ਆ ਜਾਂਦੇ ਨੇ, ਬਹੁਤ ਸਾਰੇ ਅਜਿਹੇ ਮਾਮਲੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਨਸਾਫ਼ ਗਰੀਬਾਂ ਨੂੰ ਨਹੀਂ ਮਿਲਦਾ, ਪਰ ਅਜਿਹੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਹੋ ਸਕਦਾ ਹੈ ਕਿ ਹੁਣ ਗਰੀਬਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲ ਸਕਣ। ਸਰਕਾਰ ਵੱਲੋਂ ਜੋ ਯੋਜਨਾਵਾਂ ਉਹਨਾਂ ਵਾਸਤੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਉਹਨਾਂ ਤੋਂ ਉਹ ਪੂਰੀ ਤਰ੍ਹਾਂ ਅਵਗਤ ਹੋ ਸਕਣ ਅਤੇ ਉਹਨਾਂ ਦੇ ਫਾਇਦੇ ਚੱਕਣ ਦੇ ਵਿੱਚ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਪੇਸ਼ ਆਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ, ਅਜਨਾਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਮੈਂ ਪਹਿਲਾਂ ਵੀ ਇਹੋ ਹੀ ਅੰਦਰ ਬੇਨਤੀ ਕਰਕੇ ਹਟਿਆ ਕਿ ਅਨਪੜ੍ਹਤਾ ਕਹਿ ਲਈਏ, ਕਾਨੂੰਨ ਦੀ ਪੇਚੀਦਗੀ ਕਹਿ ਲਈਏ, ਜਾਣਕਾਰੀ ਦੀ ਕਮੀ ਕਹਿ ਲਈਏ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਮ ਇਨਸਾਨ ਦੀ ਕਾਨੂੰਨ ਤੱਕ, ਇਨਸਾਫ਼ ਤੱਕ ਪਹੁੰਚ ਨਹੀਂ ਹੋ ਪਾ ਰਹੀ, ਜਿਹੜਾ ਕਿ ਇੱਕ ਬੁਨਿਆਦੀ ਹੱਕ ਹੈ ਸਾਡੇ ਨਾਗਰਿਕਾਂ ਦਾ। ਤਾਂ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਡਿਜ਼ਰਵਿੰਗ ਲੋਕਾਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੇਣ ਲਈ ਅਸੀਂ ਵਚਨਬੱਧ ਹਾਂ। ਪਰ ਉਹਦੇ ਬਾਵਜੂਦ ਵੀ, ਇਹ ਅਦਾਰੇ ਦੇ ਹੋਣ ਦੇ ਬਾਵਜੂਦ ਵੀ, ਇਹਦੀ ਹੋਂਦ ਦੇ ਬਾਵਜੂਦ ਵੀ, ਲੋਕ ਇਹਦਾ ਫਾਇਦਾ ਨਹੀਂ ਉਠਾ ਪਾ ਰਹੇ ਸੀ।
ਤਾਂ ਹੁਣ ਇਹ ਭਾਰਤ ਸਰਕਾਰ ਨੇ ਅੱਗੇ ਇੱਕ ਉਪਰਾਲਾ ਕੀਤਾ ਹੈ ਕਿ ਜੇ ਲੋਕਾਂ ਨੂੰ ਇਸ ਅਦਾਰੇ ਦੀ ਹੋਂਦ ਬਾਰੇ ਨਹੀਂ ਪਤਾ ਲੱਗ ਰਿਹਾ ਤਾਂ ਅਸੀਂ ਲੋਕਾਂ ਦੇ ਡੋਰ ਸਟੈਪ ਤੱਕ ਜਾ ਕੇ ਉਹਨਾਂ ਨੂੰ ਇਸ ਅਦਾਰੇ ਬਾਰੇ ਦੱਸੀਏ, ਇਸ ਅਦਾਰੇ ਵੱਲੋਂ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸੀਏ। ਤਾਂ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਦਾਰ ਕਰਮਜੀਤ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੈਂ ਅੱਜ ਇੱਥੇ BDPO ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਪਿੰਡਾਂ ਦੇ ਸਰਪੰਚਾਂ ਨੂੰ ਮਿਲਣਾ ਚਾਹੁੰਦਾ, ਤਾਂ ਇਸ ਮੁਤਲਕ ਅੱਜ ਇੱਕ ਸੈਮੀਨਾਰ ਕਰਵਾਇਆ ਗਿਆ ਸੀ। ਅੱਜ ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਮਿਲੇ ਹਾਂ, ਉਹਨਾਂ ਤੱਕ ਪਹੁੰਚ ਕੀਤੀ ਹੈ। ਇਹਨਾਂ ਸਰਪੰਚਾਂ ਦੇ ਥਰੂ ਹੁਣ ਅਸੀਂ ਆਮ ਲੋਕਾਂ ਤੱਕ, ਪਿੰਡਾਂ ਦੇ ਵਸਨੀਕਾਂ ਤੱਕ ਪਹੁੰਚਾਂਗੇ ਔਰ ਉਹਨਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਦੱਸਾਂਗੇ, ਫਰਜ਼ਾਂ ਬਾਰੇ ਦੱਸਾਂਗੇ ਅਤੇ ਇਸ ਅਦਾਰੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਾਂਗੇ। ਨਹੀਂ, ਅੱਜ ਕੇਸਾਂ ਦਾ ਨਿਪਟਾਰਾ ਨਹੀਂ ਕੀਤਾ ਸੀ ਜੀ। ਅੱਜ ਆਊਟਰੀਚ ਪ੍ਰੋਗਰਾਮ ਦੇ ਥੱਲੇ ਅੱਜ ਸਿਰਫ ਲੋਕਾਂ ਨੂੰ ਜਾਂ ਸਰਪੰਚ ਸਾਹਿਬਾਨ ਨੂੰ ਇਸ ਅਦਾਰੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਔਰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ। ਆਉਣ ਵਾਲੇ ਟਾਈਮ ਦੇ ਵਿੱਚ, ਹਾਂਜੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ 10 ਪਿੰਡਾਂ ਨੂੰ ਲੈ ਕੇ ਇੱਕ ਜ਼ੋਨ ਬਣਾ ਦਿਆਂਗੇ। ਅੰਮ੍ਰਿਤਸਰ ਜ਼ਿਲ੍ਹੇ ਦੇ ਜਿੰਨੇ ਪਿੰਡ ਨੇ ਉਹਨਾਂ ਨੂੰ 10-10 ਪਿੰਡਾਂ ਦੇ ਇੱਕ ਜ਼ੋਨ ਦੇ ਵਿੱਚ ਵੰਡ ਦਿਆਂਗੇ ਔਰ ਉਸ ਜ਼ੋਨ ਦੇ ਵਿੱਚ ਅਸੀਂ ਇੱਕ ਹੈਲਪ ਡੈਸਕ ਲਵਾਇਆ ਕਰਾਂਗੇ। ਉਸ ਹੈਲਪ ਡੈਸਕ ਦੀ ਕੋਆਰਡੀਨੇਸ਼ਨ ਸਰਪੰਚ ਸਾਹਿਬ ਨਾਲ ਹੋਇਆ ਕਰੇਗੀ ਔਰ ਸਰਪੰਚ ਸਾਹਿਬ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਜਾਂ ਕਹਿ ਲਓ ਕਿ ਮੈਂ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਮੈਂ ਲੋਕਾਂ ਤੱਕ ਪਹੁੰਚ ਕਰ ਪਾਵਾਂ ਉਦੋਂ ਤੱਕ ਉਹ ਆਪਦੇ ਪਿੰਡ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਔਰ ਇਸ ਅਦਾਰੇ ਬਾਰੇ ਜ਼ਰੂਰ ਜਾਣਕਾਰੀ ਦੇਣ। ਹਾਂਜੀ, ਨਹੀਂ ਜੀ ਨਹੀਂ, ਹੈਲਪ ਡੈਸਕ ਜਿਹੜੇ ਹੈ ਉਹ ਪਿੰਡਾਂ ਦੇ ਪੰਚਾਇਤ ਘਰ ਦੇ ਵਿੱਚ ਲਵਾਂਗੇ, ਅਸੀਂ ਪਿੰਡ ਦੀ ਸਾਂਝੀ ਥਾਂ 'ਤੇ ਲਾਵਾਂਗੇ। ਦੇਖੋ ਜੇ ਲੋਕ ਸਾਡੇ ਤੱਕ ਨਹੀਂ ਪਹੁੰਚ ਪਾ ਰਹੇ ਤਾਂ ਅਸੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਅਸੀਂ ਅਦਾਲਤ ਵਿੱਚ ਹੀ ਹੈਲਪ ਡੈਸਕ ਲਾਵਾਂਗੇ ਫਿਰ ਤਾਂ ਅਸੀਂ ਆਪਦੇ ਦਫ਼ਤਰ ਹੀ ਬੈਠੇ ਰਹਿ ਗਏ। ਇਹ ਅਸੀਂ 15 ਅਕਤੂਬਰ ਤੋਂ ਪਹਿਲਾਂ ਇਹ ਸਾਰੀ ਐਕਸਰਸਾਈਜ਼ ਕੰਪਲੀਟ ਕਰ ਦਿਆਂਗੇ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।